ਕੱਲਾ ਰੋਗ ਕਰਕੇ ਨਹੀਂ, ਪੈਸੇ ਕਰਕੇ ਨਹੀਂ, ਗਿਆਨ ਕਰਕੇ ਨਹੀਂ, ਗਿਆਨ ਕਰਕੇ ਬੰਦਾ ਨਹੀਂ ਸਮਝ ਹੁੰਦੀ ਜੀ, ਤੁਹਾਡਾ ਥਾਂ ਥਾਂ ਤੇ ਮਜ਼ਾਕ ਨਾ ਉਡਾਓ। ਇੱਥੋਂ ਤੱਕ ਕਈ ਵਾਰੀ ਘਰਾਂ ਦੇ ਵਿੱਚ ਇਹੋ ਜਿਹੀ ਮੁਸੀਬਤ ਬੋਝ ਪੈ ਜਾਂਦੀ ਪੁੱਤਰਾਂ ਦੀ, ਧੀ ਦੀ, ਬੰਦੇ ਦੀ, ਪਤੀ ਪਤਨੀ ਦੀ, ਉਹਦੇ ਘਰ ਚ ਜੋ ਕੁਝ ਵਾਪਰਦਾ ਪਿਆ। ਜੇ ਪਤਾ ਲੱਗ ਜਾ, ਮੈਂ ਸੱਚੀ ਤੋਂ ਦੱਸਾਂ, ਸਮਾਂ ਬੜਾ ਬਲਵਾਨ, ਜਿਵੇਂ ਇੱਕ ਦਿਨ ਇੱਥੇ ਕਿਹਾ ਸੀ, ਸਮੇਂ ਦੀਆਂ ਅੱਖਾਂ ਬੜੀਆਂ ਜ਼ਬਰਦਸਤ ਨੇ। ਜਦੋਂ ਬੰਦਾ ਕਿਸੇ ਦਾ ਮਜ਼ਾਕ ਉਡਾਉਂਦਾ, ਥਾਂ ਥਾਂ ਤੇ ਉਡਾਉਂਦਾ, ਸਮੇਂ ਦੀਆਂ ਅੱਖਾਂ ਬੰਦੇ ਨੂੰ ਪਹਿਚਾਣ ਲੈਂਦੀਆਂ ਨੇ। ਇੱਕ ਦਿਨ ਉਹਦੇ ਤੇ ਉਹ ਦਿਨ ਆ ਜਾਂਦੇ ਨੇ ਜਿਹੜੇ ਕਿਸੇ ਦੇ ਮਜ਼ਾਕ ਉਡਾਉਂਦਾ ਹੁੰਦਾ, ਇੱਕ ਦਿਨ ਸਮਾਂ ਉਹਦੇ ਤੇ ਵੀ ਆਉਂਦਾ। ਮੇਰੀ ਅਰਜ਼ ਹੈ ਕਿ ਕਿਸੇ ਨੂੰ ਦੇਖ ਕੇ, ਮੰਨ ਲਓ ਕੋਈ ਜੀਵਨ ਪੱਖੋਂ ਵੀ, ਗੁਰਮੁਖੋ ਫਿਰ ਬੇਨਤੀ, ਜੇ ਮੰਨ ਲਓ ਕੋਈ ਬੰਦਾ ਜੀਵਨ ਪੱਖੋਂ ਵੀ ਡਿੱਗ ਪਿਆ, ਸੱਚੀ ਮੁੱਚੀ ਰੰਗ ਹੋ ਗਿਆ, ਉਹਦਾ ਵੀ ਮਜ਼ਾਕ ਨਾ ਉਡਾਈਏ। ਕੱਲ ਨੂੰ ਪਤਾ ਨਹੀਂ ਆਪਣੇ ਨਾਲ ਕੀ ਬਣ ਜਾਣਾ।